ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਘਰ ਦਾ ਨਿਕਾਸੀ ਪਾਣੀ ਕੱਢਣ ਵਾਲੀ ਨਾਲੀ ਦੇ ਝਗੜੇ ਨੂੰ ਲੈ ਕੇ ਇੱਕ ਵਿਅਕਤੀ ਦਾ ਕਤਲ, ਤਿੰਨ ਵਿਰੁੱਧ ਮੁਕੱਦਮਾ ਦਰਜ। ਥਾਣਾ ਖਾਲੜਾ ਅਧੀਨ ਆਉਂਦੇ ਸਰਹੱਦੀ ਪਿੰਡ ਵਾਂ ਤਾਰਾ ਸਿੰਘ ਵਿਖੇ ਨਿਕਾਸੀ ਪਾਣੀ ਨੂੰ ਲੈ ਕੇ ਇੱਕ ਵਿਅਕਤੀ ਦਾ ਕਤਲ ਹੋ ਜਾਣ ਦੀ ਦੁਖਦਾਈ ਖਬਰ ਹੈ। ਮੌਕੇ ਤੇ ਪਹੁੰਚੇ DSP ਭਿੱਖੀਵਿੰਡ ਰਾਜਵੀਰ ਸਿੰਘ ਅਤੇ SHO ਹਰਪ੍ਰੀਤ ਸਿੰਘ ਵਿਰਕ ਖਾਲੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਸਾਹਿਬ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਬੱਲਿਆਂਵਾਲਾ ਥਾਣਾ ਵਡੋਆ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਹੈ ਕਿ ਉਹ ਅਤੇ ਉਸਦਾ ਪਿਤਾ ਗੁਰਨਾਮ ਸਿੰਘ ਆਪਣੇ ਮਾਸੀ ਦੇ ਪੁੱਤ ਹਰਜੀਤ ਸਿੰਘ ਵਾਂ ਤਾਰਾ ਸਿੰਘ ਦੀ ਲੱਤ ਟੁੱਟੀ ਹੋਈ ਸੀ ਅਤੇ ਉਸਦਾ ਪਤਾ ਲੈਣ ਆਏ ਸਨ ਅਤੇ ਜਦ ਅੱਜ ਸਾਰਾ ਪਰਿਵਾਰ ਘਰ ਵਿੱਚ ਬੈਠੇ ਗੱਲਾਂ ਬਾਤਾਂ ਕਰ ਰਹੇ ਸਨ ਤਾਂ ਉਹਨਾਂ ਦੇ ਗੁਆਂਢੀ ਰਹਿੰਦੇ ਮੇਜਰ ਸਿੰਘ ਪੁੱਤਰ ਗੁਰਦੀਪ ਸਿੰਘ ਅਤੇ ਉਸਦੀ ਪਤਨੀ ਦਵਿੰਦਰ ਕੌਰ ਅਤੇ ਭਤੀਜਾ ਗੁਰਵਿੰਦਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਪਿੰਡ ਰਾਜੋਕੇ ਜਿਨ੍ਹਾਂ ਨੇ ਹੱਥਾਂ ਵਿੱਚ ਡਾਂਗਾ ਸੋਟੇ ਫੜੇ ਹੋਏ ਸਨ ਅਤੇ ਸਾਡੇ 'ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਬਾਕੀ ਪਰਿਵਾਰਕ ਮੈਂਬਰ ਤਾਂ ਭੱਜ ਕੇ ਅੰਦਰ ਵੜ ਗਏ ਪਰੰਤੂ ਗੁਰਨਾਮ ਸਿੰਘ ਬਜ਼ੁਰਗ ਹੋਣ ਕਰਕੇ ਉਕਤ ਹਮਲਾਵਰਾਂ ਨੇ ਹਮਲਾ ਕਰਕੇ ਉਹਨਾਂ ਨੂੰ ਮੌਕੇ 'ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ। DSP ਰਾਜਵੀਰ ਸਿੰਘ ਨੇ ਦੱਸਿਆ ਕਿ ਘਰ ਦਾ ਨਿਕਾਸੀ ਪਾਣੀ ਕੱਢਣ ਵਾਲੀ ਨਾਲੀ ਨੂੰ ਲੈ ਕੇ ਦੋਹਾਂ ਪਰਿਵਾਰਾਂ ਵਿੱਚ ਝਗੜਾ ਚੱਲ ਰਿਹਾ ਸੀ, ਜਿਸ ਨੇ ਅੱਜ ਇੱਕ ਵਿਅਕਤੀ ਦੀ ਜਾਨ ਲੈ ਲਈ ਹੈ। ਉਹਨਾਂ ਕਿਹਾ ਕਿ ਮੇਜਰ ਸਿੰਘ ਉਸਦੀ ਪਤਨੀ ਦਵਿੰਦਰ ਕੌਰ ਅਤੇ ਭਤੀਜੇ ਗੁਰਵਿੰਦਰ ਸਿੰਘ ਵਿਰੁੱਧ ਥਾਣਾ ਖਾਲੜਾ ਵਿਖੇ ਮੁਕੱਦਮਾ ਦਰਜ ਕਰਕੇ ਉਹਨਾਂ ਲਈ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਵਾਂ ਤਾਰਾ ਸਿੰਘ ਵਿਖੇ ਅੱਜ ਇੱਕ ਮਰਡਰ ਹੋਣ ਦੀ ਜਿਹੜੀ ਸੂਚਨਾ ਮਿਲੀ ਉਹ ਕੀ ਮਤਲਬ ਘਟਨਾ ਵਾਪਰੀ ਹੈ? ਹਾਂਜੀ ਹਾਂਜੀ, ਇਹ ਸਾਡੇ ਕੋਲ ਮਦਈ ਆਏ ਸੀਗੇ ਗੁਰਸਾਹਿਬ ਸਿੰਘ ਪੁੱਤਰ ਗੁਰਨਾਮ ਸਿੰਘ, ਜੱਟ ਵਾਸੀ ਬੱਲਿਆਂਵਾਲਾ, ਉਮਰ 59 ਸਾਲ। ਇਹਨਾਂ ਨੇ ਸਾਡੇ SHO ਖਾਲੜਾ ਕੋਲ ਬਿਆਨ ਲਿਖਵਾਇਆ ਵੀ ਉਹ ਅਤੇ ਉਹਦਾ ਪਿਤਾ ਜਿਹੜਾ ਹੈਗਾ ਗੁਰਨਾਮ ਸਿੰਘ ਆ, ਉਹ ਆਪਣੇ ਜਿਹੜੇ ਮਾਸੀ ਦੇ ਲੜਕੇ ਨੂੰ ਇੱਥੇ ਫੌਜੀ ਸਾਹਿਬ ਆ ਹਰਜੀਤ ਸਿੰਘ, ਉਹਨਾਂ ਦੀ ਲੱਤ ਟੁੱਟੀ ਸੀ, ਉਹਦਾ ਪਤਾ ਲੈਣ ਵਾਸਤੇ ਆਏ ਸੀ ਅਤੇ ਜਦੋਂ ਇੱਥੇ ਘਰ ਵਿੱਚ ਬੈਠੇ ਗੱਲਾਂ ਬਾਤਾਂ ਕਰਨ ਡਿਆ ਸੀ ਅਤੇ ਇਹਨਾਂ ਦੇ ਜਿਹੜੇ ਲਾਗੇ ਘਰ ਵਾਲੇ ਆ ਮੇਜਰ ਸਿੰਘ ਸਾਨੋਂ ਗੁਰਦੀਪ ਸਿੰਘ, ਇਹਦੀ ਘਰਵਾਲੀ ਦਵਿੰਦਰ ਕੌਰ, ਪਤਨੀ ਮੇਜਰ ਸਿੰਘ ਅਤੇ ਇੱਕ ਇਹਨਾਂ ਦਾ ਭਤੀਜਾ ਵਾ ਗੁਰਵਿੰਦਰ ਸਿੰਘ, ਲੇਟ ਪ੍ਰਗਟ ਸਿੰਘ ਜੱਟ ਵਾਸੀ ਰਾਜੋਕੇ, ਇਹ ਅਤੇ ਨਾਲ ਇਹਨਾਂ ਦੇ ਹੋਰ ਵੀ 5-6 ਵਿਅਕਤੀ ਇਹ ਡਾਂਗਾ ਸੋਟੇ ਲੈ ਕੇ ਅਤੇ ਇਹਨਾਂ ਦੇ ਘਰ ਆਣ ਕੇ ਪੈ ਗਏ ਆ ਅਤੇ ਇਹ ਜਿਹੜਾ ਸਾਰਾ ਪਰਿਵਾਰ ਆ ਇਹ ਡਰਦੇ ਮਾਰੇ ਆਪਣੇ ਅੰਦਰ ਵੜ ਗਿਆ ਅਤੇ ਜਿਹੜਾ ਬਜ਼ੁਰਗ ਸੀਗਾ ਆਪਣਾ ਗੁਰਨਾਮ ਸਿੰਘ ਉਹਨੂੰ ਇਹਨਾਂ ਨੇ ਫੜ ਲਿਆ ਅਤੇ ਉਹਦੇ ਗੁੱਜੀਆਂ ਸੱਟਾਂ, ਡਾਂਗਾ ਸੋਟੇ ਢਿੱਡ 'ਚ ਅਤੇ ਨਲਾਂ 'ਚ ਉਹਨਾਂ ਨੇ ਲੱਤਾਂ ਮਾਰੀਆਂ ਵਾ ਅਤੇ ਮੁੜ ਕੇ ਰੌਲਾ ਪਾਉਣ ਦੇ ਉੱਤੇ ਜਿਹੜੇ ਹਮਲਾਵਰ ਆ ਜਦੋਂ ਭੱਜ ਗਏ ਆ ਅਤੇ ਜਿਹੜੀ ਇਹਨਾਂ ਵੇਖਿਆ ਗੁਰਨਾਮ ਸਿੰਘ ਦੀ, ਗੁਰਨਾਮ ਸਿੰਘ ਦੀ ਜਿਹੜੀ ਮੌਕੇ 'ਤੇ ਮੌਤ ਹੋ ਗਈ ਆ ਅਤੇ ਗੁਰਸਾਹਿਬ ਸਿੰਘ ਦੇ ਬਿਆਨਾਂ ਦੇ ਉੱਤੇ ਜਿਹੜਾ ਅਸੀਂ FIR ਦਰਜ ਕਰ ਰਹੇ ਹਾਂ, ਦਰਜ ਕਰਕੇ ਅਤੇ ਲਾਸ਼ ਜਿਹੜੀ ਆ ਪੋਸਟਮਾਰਟਮ ਵਾਸਤੇ ਜਿਹੜੀ ਆ ਉੱਥੇ ਪੱਟੀ ਭੇਜ ਰਹੇ ਹਾਂ ਅਤੇ ਦੋਸ਼ੀਆਂ ਦੇ ਉੱਤੇ ਵੱਖ ਵੱਖ ਪਾਰਟੀਆਂ ਬਣਾ ਕੇ ਰੇਡ ਕੀਤਾ ਜਾ ਰਿਹਾ ਵਾ ਅਤੇ ਦੋਸ਼ੀਆਂ ਨੂੰ ਜਿਹੜਾ ਵਾ ਬਹੁਤ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਅਤੇ ਜਿਹੜਾ ਇਹਨਾਂ ਨੂੰ ਇਨਸਾਫ ਦਵਾਇਆ ਜਾਏਗਾ। ਅਤੇ ਸਰ ਕਿਹੜੇ ਫੈਂਸ ਦੇ ਤਹਿਤ ਜਿਹੜੀ FIR ਲੌਂਚ ਹੋਈ? ਇਹ ਦੇਵਾਂਗੇ ਜੀ 302-102-149-452 IPC। ਸਰ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਜਿਹੜੀ ਆ ਉਹ ਲੇਟ ਪਹੁੰਚੀ ਆ ਅਤੇ ਉਹਦੇ ਸੰਬੰਧ 'ਚ ਕੀ ਕਹਿਣਾ ਚਾਹੋਗੇ? ਨਹੀਂ ਨਹੀਂ, ਜਦੋਂ ਵੀ ਸਾਨੂੰ ਇਤਲਾਹ ਮਿਲੀ ਸਾਡੇ SHO ਨੂੰ ਉਹ ਉਸੇ ਟਾਈਮ ਆਇਆ ਵਾ, ਜਲਦੀ ਤੋਂ ਜਲਦੀ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੋਈ।
ਦੋਸ਼ੀ ਹੁਣ ਪਹੁੰਚ ਦੇ ਵਿੱਚ ਨੇ ਜਾਂ ਪਹੁੰਚ ਤੋਂ ਬਾਹਰ ਚਲੇ ਗਏ? ਦੋਸ਼ੀ ਦੇ ਘਰ ਰੇਡ ਕੀਤੇ ਆ, ਉਹ ਅਜੇ ਤਾਲੇ ਮਾਰ ਕੇ ਜਿਹੜਾ ਮੇਜਰ ਸਿੰਘ ਆ ਉਹ ਵੀ ਪਰਿਵਾਰ ਸਮੇਤ ਜਿਹੜਾ ਗਾਇਬ ਆ, ਘਰ ਦੇ ਵਿੱਚ ਤਾਲੇ ਵੱਜੇ ਆ, ਅਤੇ ਜਿਹੜਾ ਗੁਰਵਿੰਦਰ ਸਿੰਘ ਆ ਉਹ ਵੀ ਤਾਲੇ ਮਾਰ ਕੇ ਘਰ ਦੇ ਵਿੱਚ ਕੋਈ ਮੈਂਬਰ ਨਹੀਂ ਮਿਲਿਆ, ਗਾਇਬ ਆ। ਅਸੀਂ ਇਹਨਾਂ ਦੇ ਜਿਹੜੇ ਆ ਰਿਸ਼ਤੇਦਾਰ ਅਤੇ ਹੋਰ ਜਿਹੜੇ ਸਕੇ ਸੰਬੰਧੀ ਆ ਉਹਨਾਂ ਉੱਤੇ ਰੇਡ ਕਰ ਰਹੇ ਹਾਂ, ਇਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਾਂਗੇ। ਝਗੜਾ ਸਰ ਕੋਈ ਪੁਰਾਣਾ ਚੱਲਣ ਦਿਆ ਇਹਨਾਂ ਦਾ ਕੋਈ? ਨਹੀਂ, ਕੋਈ ਜ਼ਿਆਦਾ ਪੁਰਾਣਾ ਵੀ ਨਹੀਂ, ਸਿਰਫ ਇਹਨਾਂ ਦੇ ਗਲੀ ਤੋਂ ਪਾਣੀ ਨਿਕਾਉਣ ਦਾ ਹੀ ਝਗੜਾ ਸੀਗਾ। ਜਿਹੜਾ ਆਪਣੇ ਹਰਜੀਤ ਸਿੰਘ ਸੀਗਾ ਉਹ ਇਹਦਾ ਬਲੇਮ ਇਹ ਆ ਵੀ ਇਹ ਜਿਹੜੇ ਦੋਸ਼ੀ ਜਿਹੜਾ ਮੇਜਰ ਸਿੰਘ ਆ ਇਹ ਮੇਰੀ ਜਿਹੜੀ ਜਗ੍ਹਾ ਵਾ ਉਹਦੇ ਵਿੱਚੋਂ ਦੀ ਗਲੀ ਨਾਲੀ ਨਿਕਾ ਕੇ ਅਤੇ ਪਾਣੀ ਨਿਕਾਉਣਾ ਚਾਹੁੰਦਾ ਸੀ, ਅਤੇ ਮੈਂ ਇਹਨੂੰ ਰੋਕਦਾ ਹਾਂ ਜਿਸ ਰੰਜਿਸ਼ ਕਰਕੇ ਇਹਨਾਂ ਨੇ ਸਾਡੇ ਘਰ ਕਰਕੇ ਹਮਲਾ ਕਰਕੇ ਅਤੇ ਮੇਰੇ ਜਿਹੜਾ ਇਹਨੂੰ ਮਾਸੜ ਨੂੰ ਜਿਹੜਾ ਮਾਰ ਦਿੱਤਾ ਵਾ, ਕਤਲ ਕਰ ਦਿੱਤਾ। ਠੀਕ, ਕੀ ਨਾਮ ਵੀਰ ਜੀ? ਗੁਰਸਾਹਿਬ ਸਿੰਘ। ਕੀ ਤੁਹਾਡੇ ਲੱਗ? ਇਹ ਸਾਡੇ ਪਿਤਾ ਹੈ ਗੁਰਨਾਮ ਸਿੰਘ। ਅਤੇ ਕੀ ਘਟਨਾ ਵਾਪਰੀ ਹੈ ਅਤੇ ਤੁਸੀਂ ਉਸ ਵਕਤ ਮੌਕੇ 'ਤੇ ਮੌਜੂਦ ਹੋ? ਹਾਂਜੀ। ਕੀ ਗੱਲ ਹੋਈ? ਇਹ ਗੱਲ ਇਹਨਾਂ ਦੀ ਨਾਲੀ ਦਾ ਕੋਈ ਝਗੜਾ ਹੈ ਇਹਨਾਂ ਦਾ ਆਪਸ ਵਿੱਚ ਦੀ, ਅਤੇ ਅਸੀਂ ਤਾਂ ਇਹਨਾਂ ਦਾ ਪਤਾ ਲੈਣ ਸਾਡੇ ਮਾਸੀ ਦੇ ਮੁੰਡੇ ਦੇ ਲੱਤ ਦਾ ਪ੍ਰਸ਼ਨ ਕਰਾਇਆ ਸੀ, ਅਤੇ ਇਹਨਾਂ ਦਾ ਹੀ ਪਤਾ ਲੈਣਾ ਸਾਡੀ ਤਾਂ ਅਸੀਂ ਹਾਲੀ ਪਾਣੀ ਪੂਣੀ ਪੀਣ ਡਏ ਹਾਂ, ਅਤੇ ਬੰਦੇ ਬਾਹਰੋਂ ਆ ਕੇ ਬੰਦੇ ਬਹਿ ਗਏ ਆ, ਅਤੇ ਅਸੀਂ ਭਾਦੀ ਕੇ ਅੰਦਰ ਵੜ ਗਏ, ਬੰਦੇ ਜ਼ਿਆਦਾ ਸੀ, ਅਤੇ ਮੁੜ ਅਤੇ ਬਾਪੂ ਤਾਂ ਤੁਰਿਆ ਨਹੀਂ ਜਾਂਦਾ, ਅਤੇ ਬਾਪੂ ਬਾਹਰ ਰਹਿ ਗਿਆ, ਅਤੇ ਉਹਨਾਂ ਨੇ ਬਾਪੂ ਨੂੰ ਬਾਹਰ ਫੜ ਲਿਆ, ਅਤੇ ਲੜਾਂ ਹੀ ਲੱਤਾਂ ਮਾਰੀਆਂ ਅਤੇ ਗੁੱਧੀਆਂ ਸੱਟਾਂ ਮਾਰ ਕੇ ਉਹਨਾਂ ਦੀ ਮੌਤ ਕਰਤੀ। ਉਹਨਾਂ ਨੇ ਹੁਣ ਪੁਲਿਸ ਨੇ ਕਾਰਵਾਈ ਕਰਤੀ? ਪੁਲਿਸ ਸਾਹਿਬ ਦੀ ਕਾਰਵਾਈ ਕਰ ਲਈ ਆ। ਤਸੱਲੀ ਤੁਹਾਨੂੰ? ਹਾਂਜੀ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।